हाँ जी प्लस वन क्लास स्टूडेंट्स चैप्टर नंबर 21 दे रेंदे क्वेश्चंस जिहड़े मैं इस वीडियो दे विच लेके आई हां। चैप्टर नंबर 21 दे क्वेश्चंस क्वेश्चन नंबर 34 केड़े एक्ट विच कहा गया सी कि सिविल सर्विस विच भर्ती मुकाबले दी परीक्षावां दे आधार ते कीती जाएगी। तो यह कहा गया सी 1853 ईस्वी के चार्ट एक्ट दे विच ते इह दी परीक्षा जिहड़ी कि इंग्लैंड दे विच हुंदी सी सिविल सर्विस की प्रीख्या ते माध्यम हुंदा सी इंग्लिश। नैक्सट क्वेश्चन 35 सिविल सर्विस विच भर्ती होने लई उम्र किन्नी निश्चित की गई सी। तो सिविल सर्विस दे विच भर्ती होने लई उम्र जिहड़ी कि 22 साल निश्चित की गई सी। नैक्सट क्वेश्चन 36 किहड़े साल सिविल सर्विस की प्रीख्या विच बैठण लई उम्र वध तों वध 21 साल निश्चित की गई। तो यह निश्चित की गई 1864 ईस्वी दे विच 21 साल कर दिती गई 22 सालों तो घटा के। नैक्सट क्वेश्चन 37 1876 ईस्वी दे विच भारत दे सैक्रेटरी ऑफ स्टेट लॉर्ड सालिसबरी ने सिविल सर्विस विच बैठण लई उम्र किन्नी निश्चित की। तो इसने जिहड़े कि 1876 ईस्वी दे विच उम्र निश्चित की गई सिविल सर्विस दे लई 21 सालों तो घटा के 19 साल, क्योंकि 1864 ईस्वी दे विच 21 साल कर दिती गई सी ते 21 साल तो घटा के फिर 1876 ईस्वी दे विच 19 साल कर दिती गई। नैक्सट क्वेश्चन नंबर 38 असी अंग्रेज़ां नाल कोई संबंध नहीं रखना चाहते हाँ, असी भारत विच अपनी सरकार चाहते हाँ, यह शब्द किन्हां ने कहे। तो इहदा आंसर आ बिपन चंद्र पाल ने कहे। नैक्सट क्वेश्चन नंबर 39 बंगाल की वंड ਦੇ ਐਲਾਨ 'ਤੇ ਸਾਨੂੰ ਅਜਿਹਾ ਪ੍ਰਤੀਤ ਹੋਇਆ ਜਿਸ ਤਰ੍ਹਾਂ ਸਾਡੇ ਉੱਤੇ ਬਿਜਲੀ ਡਿੱਗ ਪਈ ਹੋਵੇ। ਅਸੀਂ ਅਨੁਭਵ ਕੀਤਾ ਹੈ ਕਿ ਸਾਡਾ ਅਪਮਾਨ ਹੋਇਆ ਹੈ, ਸਾਨੂੰ ਖੁਆਰ ਕੀਤਾ ਗਿਆ ਹੈ ਅਤੇ ਸਾਡੇ ਨਾਲ ਧੋਖਾ ਹੋਇਆ ਹੈ। ਇਹ ਸ਼ਬਦ ਆ ਜਿਹੜੇ ਕਿ ਸੁਰਿੰਦਰ ਨਾਥ ਬੈਨਰਜੀ ਨੇ ਕਹੇ ਬੰਗਾਲ ਦੀ ਵੰਡ 'ਤੇ। ਨੈਕਸਟ ਕੁਸ਼ਚਨ ਨੰਬਰ 40 ਸੂਰਤ ਇਜਲਾਸ ਵਿੱਚ ਕਾਂਗਰਸ ਕਿਹੜੇ ਦੋ ਧੜਿਆਂ ਵਿੱਚ ਵੰਡੀ ਗਈ। ਤਾਂ ਸੂਰਤ ਇਜਲਾਸ ਜਿਹੜਾ 1907 ਈਸਵੀ ਦੇ ਵਿੱਚ ਹੋਇਆ ਸੀ, ਇਸ ਸਮੇਂ ਜਿਹੜੇ ਕਿ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਗਈ, ਇੱਕ ਗਰਮ ਦਲ ਅਤੇ ਦੂਜਾ ਨਰਮ ਦਲ। ਇਹਨਾਂ ਨੂੰ ਉਧਾਰਵਾਦੀ ਦਲ ਅਤੇ ਉਗਰਵਾਦੀ ਦਲ ਵੀ ਕਹਿ ਦਿੰਦੇ ਨੇ। ਨੈਕਸਟ ਕੁਸ਼ਚਨ ਨੰਬਰ 41 ਕਾਂਗਰਸ ਦੇ ਗਰਮ ਦਲ ਦੇ 3 ਪ੍ਰਸਿੱਧ ਨੇਤਾ ਕਿਹੜੇ ਸਨ। ਤਾਂ ਕਾਂਗਰਸ ਦੇ ਗਰਮ ਦਲ ਦੇ ਜਿਹੜੇ ਕਿ ਪ੍ਰਸਿੱਧ ਨੇਤਾ ਸਨ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਬਿਪਨ ਚੰਦਰ ਪਾਲ। ਇਹਨਾਂ ਨੂੰ ਬਾਲ ਪਾਲ ਅਤੇ ਲਾਲ ਦੀ ਤਿੱਕੜੀ ਵੀ ਕਹਿੰਦੇ ਨੇ। ਕੁਸ਼ਚਨ ਨੰਬਰ 42 ਬੰਗਾਲ ਦੀ ਵੰਡ ਦਾ ਅਸਲ ਕਾਰਨ ਕੀ ਸੀ। ਤਾਂ ਬੰਗਾਲ ਦੀ ਵੰਡ ਦਾ ਅਸਲ ਕਾਰਨ ਸੀ ਰਾਸ਼ਟਰੀਅਤਾ ਦੀ ਭਾਵਨਾ ਨੂੰ ਖਤਮ ਕਰਨਾ। ਨੈਕਸਟ ਕੁਸ਼ਚਨ ਨੰਬਰ 43 ਬੰਗਾਲ ਦਾ ਏਕੀਕਰਨ ਕਦੋਂ ਕੀਤਾ ਗਿਆ। ਤਾਂ ਬੰਗਾਲ ਦਾ ਏਕੀਕਰਨ ਜਿਹੜੇ ਕਿ 1911 ਈਸਵੀ ਦੇ ਵਿੱਚ ਕੀਤਾ ਗਿਆ ਅਤੇ 1911 ਈਸਵੀ ਦੇ ਵਿੱਚ ਹੀ ਦਿੱਲੀ ਨੂੰ ਜਿਹੜੇ ਕਿ ਭਾਰਤ ਦੀ ਰਾਜਧਾਨੀ ਬਣਾਇਆ ਗਿਆ ਲਾਰਡ ਹਾਰਡਿੰਗ ਨੇ। ਨੈਕਸਟ ਕੁਸ਼ਚਨ ਨੰਬਰ 44 ਸਵਰਾਜ ਮੇਰਾ ਸਵਦੇਸ਼ੀ ਅਧਿਕਾਰ ਹੈ ਅਤੇ ਮੈਂ ਇਸ ਨੂੰ ਹਾਸਲ ਕਰਕੇ ਹੀ ਰਹਾਂਗਾ, ਕਿਸ ਨੇ ਕਿਹਾ। ਤਾਂ ਇਹ ਕਿਹਾ ਸੀ ਬਾਲ ਗੰਗਾਧਰ ਤਿਲਕ ਨੇ। ਨੈਕਸਟ ਕੁਸ਼ਚਨ 45 ਬਾਲ ਗੰਗਾਧਰ ਤਿਲਕ ਦੀਆਂ ਅਖਬਾਰਾਂ ਕਿਹੜੀਆਂ ਸਨ। ਤਾਂ ਬਾਲ ਗੰਗਾਧਰ ਤਿਲਕ ਦੀਆਂ ਅਖਬਾਰਾਂ ਸਨ ਕੇਸਰੀ ਅਤੇ ਮਰਾਠਾ। ਕੁਸ਼ਚਨ 46 ਲਾਲਾ ਲਾਜਪਤ ਰਾਏ ਦੀਆਂ ਅਖਬਾਰਾਂ ਦੇ ਨਾਂ ਦੱਸੋ। ਤਾਂ ਲਾਜਪਤ ਰਾਏ ਦੀਆਂ ਅਖਬਾਰਾਂ ਸੀ ਪੰਜਾਬੀ, ਦੀ ਪੀਪਲ, ਜੰਗ ਇੰਡੀਆ ਅਤੇ ਬੰਦੇ ਮਾਤਰਮ। ਨੈਕਸਟ ਕੁਸ਼ਚਨ 47 ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿੱਥੇ ਕੀਤੀ ਗਈ। ਤਾਂ ਮੁਸਲਿਮ ਲੀਗ ਦੀ ਜਿਹੜੀ ਕਿ ਸਥਾਪਨਾ 30 ਦਸੰਬਰ 1906 ਈਸਵੀ ਦੇ ਵਿੱਚ ਢਾਕਾ ਵਿਖੇ ਕੀਤੀ ਗਈ। ਨੈਕਸਟ ਕੁਸ਼ਚਨ 48 ਚਾਰ ਰਾਸ਼ਟਰੀ ਮੁਸਲਿਮ ਆਗੂਆਂ ਦੇ ਨਾਂ ਦੱਸੋ। ਮੁਸਲਿਮ ਆਗੂ ਸੀ ਰਾਸ਼ਟਰੀ ਮੌਲਾਨਾ ਅਬੁਲ ਕਲਾਮ, ਹਕੀਮ ਅਜਮਲ ਖਾਂ, ਡਾਕਟਰ ਅੰਸਾਰੀ, ਸ਼ੌਕਤ ਅਲੀ। ਨੈਕਸਟ ਕੁਸ਼ਚਨ 49 ਪੰਜਾਬ ਦੇ ਦੋ ਮੁਸਲਮਾਨ ਕਾਂਗਰਸੀ ਆਗੂਆਂ ਦੇ ਨਾਂ ਦੱਸੋ। ਤਾਂ ਮੁਸਲਮਾਨ ਕਾਂਗਰਸੀ ਆਗੂ ਸੀ ਡਾਕਟਰ ਸੈਫੂਦੀਨ ਕਿਚਲੂ, ਡਾਕਟਰ ਮੁਹੰਮਦ ਆਲਮ। ਕੁਸ਼ਚਨ ਨੰਬਰ 50 1909 ਦੇ ਐਕਟ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ 1909 ਦੇ ਐਕਟ ਨੂੰ ਜਿਹੜੇ ਕਿ ਮਿੰਟੋ ਮਾਰਲੇ ਸੁਧਾਰ ਦੇ ਨਾਂ ਨਾਲ ਜਾਣਿਆ ਜਾਂਦਾ। ਨੈਕਸਟ ਕੁਸ਼ਚਨ ਨੰਬਰ 51 ਗੱਦਰ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿੱਥੇ ਕੀਤੀ ਗਈ ਸੀ। ਤਾਂ ਗੱਦਰ ਪਾਰਟੀ ਦੀ ਸਥਾਪਨਾ 1913 ਈਸਵੀ ਦੇ ਵਿੱਚ ਸਾਨ ਫਰਾਂਸਿਸਕੋ, ਅਮਰੀਕਾ ਦੇ ਵਿੱਚ ਕੀਤੀ ਗਈ। ਕੁਸ਼ਚਨ ਨੰਬਰ 52 ਗੱਦਰ ਪਾਰਟੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾ ਕਰਨ ਲਈ ਕਿਹੜੀ ਅਖਬਾਰ ਚਲਾਈ। ਤਾਂ ਇਹਨਾਂ ਨੇ ਜਿਹੜੇ ਕਿ ਨਿਊਜ਼ ਪੇਪਰ ਚਲਾਇਆ ਸੀ ਗੱਦਰ ਨਾਂ ਦਾ।
ਨੈਕਸਟ ਕੁਸ਼ਚਨ ਨੰਬਰ 53, ਗਦਰ ਪਾਰਟੀ ਦਾ ਪ੍ਰਧਾਨ ਕੌਣ ਸੀ? ਤਾਂ ਗਦਰ ਪਾਰਟੀ ਦਾ ਪ੍ਰਧਾਨ ਸੀ ਬਾਬਾ ਸੋਹਣ ਸਿੰਘ ਭਕਨਾ। ਕੁਸ਼ਚਨ 54, ਗਦਰ ਅਖਬਾਰ ਦਾ ਸੰਪਾਦਕ ਕੌਣ ਸੀ? ਤਾਂ ਗਦਰ ਅਖਬਾਰ ਦਾ ਜਿਹੜੇ ਕਿ ਸੰਪਾਦਕ ਸੀ ਲਾਲਾ ਹਰਦਿਆਲ। ਕੁਸ਼ਚਨ 55, ਹੋਮ ਰੂਲ ਅੰਦੋਲਨ ਕਿਸ ਲਈ ਚਲਾਇਆ ਗਿਆ? ਤਾਂ ਹੋਮ ਰੂਲ ਅੰਦੋਲਨ ਹੈ ਜਿਹੜੇ ਕਿ ਸਵਰਾਜ ਦੀ ਮੰਗ ਦੇ ਲਈ ਚਲਾਇਆ ਗਿਆ। ਕੁਸ਼ਚਨ 56, ਹੋਮ ਰੂਲ ਅੰਦੋਲਨ ਦੇ ਪ੍ਰਮੁੱਖ ਆਗੂ ਕੌਣ ਸਨ? ਹੋਮ ਰੂਲ ਅੰਦੋਲਨ ਦੇ ਪ੍ਰਮੁੱਖ ਆਗੂ ਜਿਹੜੇ ਕਿ ਦੋ ਸੀ, ਸ਼੍ਰੀਮਤੀ ਐਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ। ਪੰਜਾਬ ਵਿੱਚ ਗੱਦਰ ਪਾਰਟੀ ਦੀ ਅਗਵਾਈ ਕਿਸਨੇ ਕੀਤੀ? ਤਾਂ ਆਂਸਰ ਹੈ ਰਾਸ ਬਿਹਾਰੀ ਬੋਸ ਨੇ ਪੰਜਾਬ ਦੇ ਵਿੱਚ ਜਿਹੜੀ ਕਿ ਗੱਦਰ ਪਾਰਟੀ ਦੀ ਅਗਵਾਈ ਕੀਤੀ। ਨੈਕਸਟ ਕੁਸ਼ਚਨ ਨੰਬਰ 58, ਕਾਂਗਰਸ ਦੇ ਗਰਮ ਦਲ ਅਤੇ ਨਰਮ ਦਲ ਕਦੋਂ ਅਤੇ ਕਿਸ ਦੇ ਯਤਨਾਂ ਨਾਲ ਇਕੱਠੇ ਹੋਏ? ਤਾਂ ਕਾਂਗਰਸ ਦੇ ਜਿਹੜੇ ਕਿ ਇਹ ਦੋਨੋਂ ਹੀ ਦਲ ਇਕੱਠੇ ਹੋਏ ਸੀ 1916 ਈਸਵੀ ਦੇ ਵਿੱਚ ਜਿਹੜੇ ਕਿ ਇਹ ਦੋਨੋਂ ਦਲ ਇਕੱਠੇ ਹੋਏ ਸ਼੍ਰੀਮਤੀ ਐਨੀ ਬੇਸੈਂਟ ਦੇ ਯਤਨਾਂ ਸਦਕਾ। ਨੈਕਸਟ ਕੁਸ਼ਚਨ 59, ਪੂਨਾ ਅਤੇ ਮਦਰਾਸ ਵਿੱਚ ਹੋਮ ਰੂਲ ਲੀਗ ਦੀ ਸਥਾਪਨਾ ਕਿਸਨੇ ਕੀਤੀ? ਤਾਂ ਪੂਨਾ ਦੇ ਵਿੱਚ ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਅੰਦੋਲਨ ਦੀ ਜਿਹੜੀ ਕਿ ਸਥਾਪਨਾ ਕੀਤੀ ਅਤੇ ਮਦਰਾਸ ਦੇ ਵਿੱਚ ਐਨੀ ਬੇਸੈਂਟ ਨੇ। ਨੈਕਸਟ ਕੁਸ਼ਚਨ ਨੰਬਰ 60, ਲਖਨਊ ਪੈਕਟ ਕਦੋਂ ਹੋਇਆ? ਤਾਂ ਲਖਨਊ ਪੈਕਟ ਆ ਜਿਹੜੇ ਕਿ ਇਹ ਪਾਸ ਹੋਇਆ ਸੀ 1916 ਈਸਵੀ ਦੇ ਵਿੱਚ। ਨੈਕਸਟ ਕੁਸ਼ਚਨ 61, ਲਖਨਊ ਪੈਕਟ ਕਿੰਨਾ ਦੋ ਰਾਜਨੀਤਿਕ ਪਾਰਟੀਆਂ ਵਿਚਕਾਰ ਹੋਇਆ? ਤਾਂ ਇਹ ਜਿਹੜੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿਚਕਾਰ ਹੋਇਆ ਸੀ। ਨੈਕਸਟ ਕੁਸ਼ਚਨ ਨੰਬਰ 62, 1919 ਈਸਵੀ ਦੇ ਐਕਟ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤਾਂ 1919 ਐਕਟ ਨੂੰ ਜਿਹੜੇ ਕਿ ਮਾਟੇਂਗੂ ਚੈਮਸਫੋਰਡ ਦੇ ਨਾਂ ਨਾਲ ਜਾਣਿਆ ਜਾਂਦਾ। ਨੈਕਸਟ ਕੁਸ਼ਚਨ ਨੰਬਰ 63, 1919 ਈਸਵੀ ਦੇ ਐਕਟ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਸੀ? ਤਾਂ ਇਹਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਾਇਮ ਕਰਨਾ। ਨੈਕਸਟ ਕੁਸ਼ਚਨ ਨੰਬਰ 64, ਰੋਲ ਟੈਕਟ ਕਦੋਂ ਕਾਨੂੰਨ ਬਣਿਆ? ਤਾਂ ਰੋਲ ਟੈਕਟ ਆ ਜਿਹੜੇ ਕਿ ਇਹ 1919 ਈਸਵੀ ਦੇ ਵਿੱਚ ਪਾਸ ਹੋਇਆ ਸੀ 18 ਮਾਰਚ 1919 ਈਸਵੀ ਦੇ ਵਿੱਚ। ਜਿਹੜੇ ਕਿ ਇਹ ਰੋਲ ਟੈਕਟ ਆ ਪਾਸ ਹੋਇਆ ਸੀ। ਨੈਕਸਟ ਕੁਸ਼ਚਨ ਨੰਬਰ 65, ਇਸ ਐਕਟ ਦਾ ਇਹ ਨਾਂ ਕਿਉਂ ਪਿਆ? ਤਾਂ ਇਸ ਐਕਟ ਦਾ ਇਹ ਨਾਂ ਜਿਹੜੇ ਕਿ ਜਸਟਿਸ ਰੋਲਟ ਦੇ ਸੁਝਾਅ 'ਤੇ ਬਣਿਆ ਹੋਣ ਕਰਕੇ ਇਸ ਐਕਟ ਦਾ ਨਾਂ ਰੋਲ ਟੈਕਟ ਪੈ ਗਿਆ। ਨੈਕਸਟ ਕੁਸ਼ਚਨ ਨੰਬਰ 66, ਮੋਤੀ ਲਾਲ ਨਹਿਰੂ ਨੇ ਰੋਲ ਟੈਕਟ ਦੀ ਵਿਆਖਿਆ ਕਿਹਨਾਂ ਸ਼ਬਦਾਂ ਵਿੱਚ ਕੀਤੀ? ਤਾਂ ਮੋਤੀ ਲਾਲ ਨਹਿਰੂ ਨੇ ਜਿਹੜੀ ਕਿ ਰੋਲ ਟੈਕਟ ਦੀ ਵਿਆਖਿਆ ਨਾ ਵਕੀਲ, ਨਾ ਦਲੀਲ, ਨਾ ਅਪੀਲ ਦੇ ਵਿੱਚ ਕੀਤੀ ਸ਼ਬਦਾਂ 'ਚ। ਨੈਕਸਟ ਕੁਸ਼ਚਨ ਨੰਬਰ 67, ਰੋਲ ਟੈਕਟ ਨੂੰ ਭਾਰਤੀਆਂ ਦੁਆਰਾ ਕੀ ਨਾਂ ਦਿੱਤਾ ਗਿਆ? ਤਾਂ ਰੋਲ ਟੈਕਟ ਨੂੰ ਭਾਰਤੀਆਂ ਦੁਆਰਾ ਜਿਹੜੇ ਕਿ ਕਾਲਾ ਕਾਨੂੰਨ ਨਾਂ ਦਿੱਤਾ ਗਿਆ। ਨੈਕਸਟ ਕੁਸ਼ਚਨ ਨੰਬਰ 68, ਮਹਾਤਮਾ ਗਾਂਧੀ ਦੱਖਣੀ ਅਫਰੀਕਾ ਤੋਂ ਭਾਰਤ ਕਦੋਂ ਪਰਤੇ ਸਨ? ਤਾਂ ਇਹ ਪਰਤੇ ਸਨ 1915 ਈਸਵੀ ਦੇ ਵਿੱਚ। ਨੈਕਸਟ ਕੁਸ਼ਚਨ ਨੰਬਰ 69, 1914 ਈਸਵੀ ਦੇ ਵਿੱਚ ਕਿਹੜੀ ਮਹੱਤਵਪੂਰਨ ਘਟਨਾ ਵਾਪਰੀ ਸੀ? ਤਾਂ 1914 ਈਸਵੀ ਦੇ ਵਿੱਚ ਜਿਹੜੀ ਕਿ ਕਾਮਾਗਾਟਾ ਮਾਰੂ ਘਟਨਾ ਵਾਪਰੀ ਸੀ। ਨੈਕਸਟ ਕੁਸ਼ਚਨ ਨੰਬਰ 70, ਬਾਬਾ ਗੁਰਤੀਤਾ ਕੌਣ ਸੀ? ਤਾਂ ਬਾਬਾ ਗੁਰਤੀਤਾ ਜਿਹੜੇ ਕਿ ਸਿੰਗਾਪੁਰ ਦਾ ਇੱਕ ਧਨੀ ਵਪਾਰੀ ਸੀ। ਨੈਕਸਟ ਕੁਸ਼ਚਨ ਨੰਬਰ 71, ਕਾਮਾਗਾਟਾ ਮਾਰੂ ਕੀ ਸੀ? ਤਾਂ ਕਾਮਾਗਾਟਾ ਮਾਰੂ ਜਿਹੜੇ ਕਿ ਇੱਕ ਜਹਾਜ਼ ਦਾ ਨਾਂ ਸੀ। ਨੈਕਸਟ ਕੁਸ਼ਚਨ ਨੰਬਰ 72, ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਦੀ ਪ੍ਰਸਿੱਧ ਬੰਦਰਗਾਹ 'ਤੇ ਕਦੋਂ ਪਹੁੰਚਿਆ? ਤਾਂ ਕਾਮਾਗਾਟਾ ਮਾਰੂ ਜਿਹੜੇ ਕਿ ਕੈਨੇਡਾ ਦੀ ਪ੍ਰਸਿੱਧ ਬੰਦਰਗਾਹ 'ਤੇ 23 ਮਈ 1914 ਈਸਵੀ ਨੂੰ ਪਹੁੰਚਿਆ। ਨੈਕਸਟ ਕੁਸ਼ਚਨ ਨੰਬਰ 73, ਬਾਬਾ ਗੁਰਤੀਤਾ ਕਾਮਾਗਾਟਾ ਮਾਰੂ ਨਾਮੀ ਜਹਾਜ਼ ਲੈ ਕੇ ਭਾਰਤ ਵੱਲ ਕਦੋਂ ਮੁੜ ਆਇਆ ਸੀ? ਤਾਂ ਇਹ ਮੁੜ ਆਇਆ ਸੀ 23 ਜੁਲਾਈ 1914 ਈਸਵੀ ਦੇ ਵਿੱਚ। ਨੈਕਸਟ ਕੁਸ਼ਚਨ ਨੰਬਰ 74, 27 ਸਤੰਬਰ 1914 ਈਸਵੀ ਨੂੰ ਕਾਮਾਗਾਟਾ ਮਾਰੂ ਕਿੱਥੇ ਪੁੱਜਿਆ ਸੀ? ਤਾਂ ਇਹ ਪੁੱਜਿਆ ਸੀ ਕਲਕੱਤਾ ਦੇ ਵਿੱਚ। ਨੈਕਸਟ ਕੁਸ਼ਚਨ ਨੰਬਰ 75, ਗ੍ਰੈਂਡ ਓਲਡ ਮੈਨ ਆਫ ਇੰਡੀਆ ਕੌਣ ਸਨ? ਤਾਂ ਗ੍ਰੈਂਡ ਓਲਡ ਮੈਨ ਆਫ ਇੰਡੀਆ ਦਾਦਾ ਭਾਈ ਨੌਰੋਜੀ ਨੂੰ ਕਿਹਾ ਜਾਂਦਾ। ਥੈਂਕਸ।